Dear students, today we will learn about how to scan the answer sheet. ਅਸੀਂ ਅੱਜ ਇਸ ਵੀਡੀਓ ਵਿੱਚ ਸਿੱਖਾਂਗੇ ਕਿ ਅਸੀਂ ਆਪਣੀ ਆਨਸਰ ਸ਼ੀਟ ਕਿਸ ਤਰ੍ਹਾਂ ਸਕੈਨ ਕਰਨੀ ਹੈ ਔਰ ਅਸੀਂ ਯੂਜ਼ ਕਰਨ ਜਾ ਰਹੇ ਹਾਂ ਅਡੋਬ ਸਕੈਨਰ ਜਿਹੜਾ ਕਿ ਤੁਸੀਂ ਡਾਊਨਲੋਡ ਕਰ ਸਕਦੇ ਹੋ ਗੂਗਲ ਪਲੇ ਸਟੋਰ ਤੋਂ ਸੋ ਜਸਟ ਗੋ ਟੂ ਦਾ ਗੂਗਲ ਪਲੇ ਸਟੋਰ ਐਂਡ ਟਾਈਪ ਅਡੋਬ ਸਕੈਨਰ ਸੋ ਤੁਸੀਂ ਉਹਨੂੰ ਡਾਊਨਲੋਡ ਕਰੋ ਡਾਊਨਲੋਡ ਕਰਨ ਤੇ ਤੁਸੀਂ ਤੁਹਾਡੇ ਕੋਲ ਇੱਕ ਆਈਕਨ ਆ ਜਾਏਗੀ ਇਸ ਟਾਈਪ ਦੀ ਅਡੋਬ ਸਕੈਨ ਦੀ ਕਲਿੱਕ ਔਨ ਦੈਟ ਆਈਕਨ ਐਂਡ ਜਿਹੜਾ ਤੁਹਾਡੇ ਕੋਲ ਮਟੀਰੀਅਲ ਹੈ ਉਹਨੂੰ ਤੁਸੀਂ ਲਾਈਟ ਦੇ ਵਿੱਚ ਰੱਖੋ ਉਹਦੇ 'ਤੇ ਪ੍ਰੋਪਰ ਲਾਈਟ ਪੈਣੀ ਚਾਹੀਦੀ ਹੈ ਔਰ ਏ ਫੋਰ ਸਾਈਜ਼ ਦੀ ਜਿਹੜੇ ਤੁਹਾਡੇ ਸ਼ੀਟਸ ਨੇ ਉਹਨਾਂ ਨੂੰ ਸਕੈਨ ਕਰਨ ਵਾਸਤੇ ਜਸਟ ਅਡੋਬ ਸਕੈਨਰ ਤੁਸੀਂ ਖੋਲੋਗੇ ਤਾਂ ਤੁਹਾਡੇ ਕੋਲ ਡਾਕੂਮੈਂਟ ਆਪਸ਼ਨ ਆ ਜਾਏਗੀ ਇਹਦੇ 'ਚ ਬਹੁਤ ਸਾਰੀਆਂ ਆਪਸ਼ਨਸ ਨੇ ਵਾਈਟ ਬੋਰਡ ਹੈ ਫੋਰਮ ਹੈ ਡਾਕੂਮੈਂਟ ਹੈ ਸੋ ਤੁਸੀਂ ਡਾਕੂਮੈਂਟ ਆਪਸ਼ਨ ਲੈਣੀ ਹੈਗੀ ਆ ਔਰ ਸਟੇਬਲ ਕਰਨ ਦੀ ਕੋਸ਼ਿਸ਼ ਕਰਨੀ ਆ ਆਪਣਾ ਕੈਮਰਾ ਜਿਹੜਾ ਹੈਗਾ ਉਹਦੇ ਟੈਕਸਟ ਦੇ ਉੱਪਰ ਸਟੇਬਲ ਕਰਨ ਦੀ ਕੋਸ਼ਿਸ਼ ਕਰਨੀ ਕੈਮਰਾ ਵੀ ਨਹੀਂ ਹਿੱਲਣਾ ਚਾਹੀਦਾ ਔਰ ਤੁਹਾਡਾ ਪੇਪਰ ਵੀ ਨਹੀਂ ਹਿੱਲਣਾ ਚਾਹੀਦਾ ਫੈਨ ਵਗੈਰਾ ਆਫ ਹੋਣਾ ਚਾਹੀਦਾ ਔਰ ਲਾਈਟ ਦੇ ਵਿੱਚ ਤੁਹਾਡਾ ਪੇਪਰ ਹੋਣਾ ਚਾਹੀਦਾ ਔਰ ਕਲਿੱਕ ਕਰੋਗੇ ਤੁਸੀਂ ਬਟਨ ਆਟੋਮੈਟਿਕਲੀ ਤੁਹਾਡੀ ਜਿਹੜੀ ਆ ਫਸਟ ਪੇਜ ਜਿਹੜਾ ਸਕੈਨ ਹੋ ਜਾਏਗਾ ਸਿਮਿਲਰਲੀ ਯੂ ਵਿਲ ਸਕੈਨ ਕੋਸ਼ਿਸ਼ ਕਰੋ ਕਿ ਤੁਹਾਡਾ ਫੋਕਸ ਜਿਹੜਾ ਹੈਗਾ ਰਿਟਨ ਮਟੀਰੀਅਲ ਤੇ ਹੀ ਹੋਵੇ ਔਰ ਸੈਕਿੰਡ ਪੇਜ ਸਕੈਨ ਕਰ ਲਿਆ ਤੁਸੀਂ ਸਿਮਿਲਰਲੀ ਯੂ ਕੈਨ ਸਕੈਨ ਦਾ ਥਰਡ ਪੇਜ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਮਟੀਰੀਅਲ ਜਿਹੜਾ ਹੈ ਸੋ ਪ੍ਰੋਪਰ ਧਿਆਨ ਰੱਖਣਾ ਹੈ ਕਿ ਉੱਥੇ ਫੋਕਸਿੰਗ ਵਗੈਰਾ ਰਹੇ ਤੁਹਾਡਾ ਫੋਕਸ ਦੇ ਵਿੱਚ ਡਾਕੂਮੈਂਟ ਹੋਣਾ ਚਾਹੀਦਾ ਔਰ ਕਲੈਰਿਟੀ ਨਜ਼ਰ ਆਉਣੀ ਚਾਹੀਦੀ ਹੈ ਸੋ ਤੁਹਾਨੂੰ ਟਾਈਮ ਵੀ ਲੱਗਦਾ ਇਹਨੂੰ ਸਕੈਨ ਕਰਨ ਵਾਸਤੇ ਇਸ ਵਾਸਤੇ ਤੁਹਾਡਾ 2 ਘੰਟੇ ਦਾ ਜਿਹੜਾ ਪੇਪਰ ਹੋਏਗਾ ਅਗਰ ਤੁਸੀਂ ਪਹਿਲਾਂ ਕਰ ਲੈਂਦੇ ਤੇ ਵੈਲ ਐਂਡ ਗੁੱਡ ਨਹੀਂ ਤੇ 2 ਘੰਟੇ ਦੇ ਬਾਅਦ ਤੁਸੀਂ ਬੰਦ ਕਰ ਦੋਗੇ ਲਿਖਣਾ ਐਂਡ ਸਕੈਨ ਕਰਨਾ ਸ਼ੁਰੂ ਕਰ ਦੋਗੇ ਪੇਜਸ ਨੂੰ ਕਿਉਂਕਿ ਇਹਨੂੰ ਵੀ 10 ਮਿੰਟ ਲੱਗਦੇ ਆ ਸਕੈਨ ਕਰਨ ਨੂੰ ਐਂਡ ਅਪਲੋਡ ਕਰਨ ਨੂੰ ਤੁਹਾਡੀ ਸ਼ੀਟ ਕਾਲਜ ਦੇ ਕੋਲ ਵਿਦ ਇਨ 30 ਮਿੰਟਸ ਆਉਣੀ ਚਾਹੀਦੀ ਆ ਜੇ ਕਿਸੇ ਬੱਚੇ ਦੀ ਆਨਸਰ ਸ਼ੀਟ 30 ਮਿੰਟਸ ਦੇ ਵਿੱਚ ਨਹੀਂ ਆਉਂਦੀ ਤੇ ਉਸਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਏਗਾ ਉਹ ਐਗਜ਼ਾਮ ਦੇ ਵਿੱਚ ਐਬਸੈਂਟ ਮਾਰਕ ਹੋ ਜਾਣੀ ਹੈ ਉਸ ਬੱਚੇ ਦੀ ਸੋ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਪ੍ਰੈਕਟਿਸ ਪਹਿਲਾਂ ਹੀ ਕਰ ਲੈਣੀ ਹੈ ਸੋ ਅਸੀਂ 11 ਪੇਜ ਸਕੈਨ ਕੀਤੇ ਆ ਸੋ ਟਾਈਮ ਲੱਗਦਾ ਜੇਕਰ ਤੁਸੀਂ 21 ਪੇਜਸ ਸਕੈਨ ਕਰਨੇ ਹੈਗੇ ਤੁਸੀਂ 20 ਪੇਜਸ ਜਿਹੜੇ ਤੁਹਾਡਾ ਰਿਟਨ ਮਟੀਰੀਅਲ ਹੋਣਾ ਹੈ ਐਂਡ 1 ਪੇਜ ਫੋਕਸਿੰਗ ਕਰਨ ਲਈ ਤੁਸੀਂ ਟੈਪ ਕਰ ਸਕਦੇ ਹੋ ਸਕਰੀਨ ਦੇ ਉੱਪਰ ਜੇਕਰ ਫੋਕਸ ਨਹੀਂ ਕਰ ਰਿਹਾ ਯੂ ਕੈਨ ਟੈਪ ਔਨ ਦਾ ਸਕਰੀਨ ਸੋ 14 ਪੇਜਸ ਅਸੀਂ 21 ਪੇਜਸ ਹੀ ਸਕੈਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਪੂਰਾ ਤੁਹਾਨੂੰ ਆਈਡੀਆ ਹੋ ਜਾਏ ਕਿ ਕਿੰਨੇ MB ਦੀ ਫਾਈਲ ਬਣਦੀ ਆ ਕਿ ਤੁਸੀਂ ਉਹਨੂੰ ਅਪਲੋਡ ਕਰ ਸਕਦੇ ਹੋ ਜਾਂ ਨਹੀਂ ਅਪਲੋਡ ਕਰ ਸਕਦੇ 25 MB ਤੋਂ ਜ਼ਿਆਦਾ ਫਾਈਲਸ ਜਿਹੜੀਆਂ ਆ ਈਮੇਲ ਦੇ ਵਿੱਚ ਅਪਲੋਡ ਨਹੀਂ ਹੋ ਸਕਦੀਆਂ ਓਕੇ ਸੋ ਤੁਸੀਂ ਟੈਸਟ ਕਰਨਾ ਸਾਡੇ ਕੋਲ 21 ਪੇਜ ਹੈਗੇ 21 ਪੇਜ ਤੋਂ ਵੱਧ ਅਸੀਂ ਨਹੀਂ ਕਰਨੇ ਸੋ 21 ਪੇਜ ਜਦੋਂ ਆ ਜਾਂਦੇ ਆ ਸਾਡੇ ਕੋਲ ਸਕੈਨਰ ਦਾ ਸ਼ੋ ਕਰ ਰਿਹਾ ਤੁਹਾਡੇ ਸਾਰੇ ਸਕੈਨਡ ਪੇਜਸ
ਇਹਨਾਂ ਦੀ ਕਲੈਰਿਟੀ ਤੁਸੀਂ ਚੈੱਕ ਕਰਨੀ ਆ। ਓਰੀਐਂਟੇਸ਼ਨ, ਮੰਨ ਲਓ ਕਿਸੇ ਦੀ ਓਰੀਐਂਟੇਸ਼ਨ ਗਲਤ ਹੈਗੀ ਆ, ਤੇ ਤੁਸੀਂ ਓਰੀਐਂਟੇਸ਼ਨ ਨੂੰ ਨੀਚੇ ਰੋਟੇਟ ਬਟਨ ਤੁਹਾਡੇ ਕੋਲ ਮੈਨਿਊ ਦੇ ਵਿੱਚ ਹੈ, ਤੁਸੀਂ ਰੋਟੇਟ ਕਰਕੇ ਉਹਨੂੰ ਪ੍ਰੋਪਰ ਵੇ ਦੇ ਨਾਲ ਕਰਨਾ ਹੈ। ਸੋ ਜੇਕਰ ਤੁਸੀਂ ਕ੍ਰੋਪ ਕਰਨਾ ਚਾਹੁੰਦੇ ਕੋਈ ਫੋਟੋ ਤੁਹਾਡੇ ਕੋਲ ਪੇਜ ਹੈਗਾ ਕਿ ਉਹ ਪ੍ਰੋਪਰ ਨਹੀਂ ਹੈ, ਉਹਨੂੰ ਕ੍ਰੋਪਿੰਗ ਕਰਨੀ ਹੈ, ਯੂ ਕੈਨ ਆਲਸੋ ਕ੍ਰੋਪ ਦੈਟ ਪੇਜ। ਸੋ ਐਕਸਟਰਾ ਜਿਹੜਾ ਸਿਰਫ ਰਿਟਨ ਮਟੀਰੀਅਲ ਹੀ ਭੇਜੋ, ਐਕਸਟਰਾ ਭੇਜਣ ਦੀ ਸਾਨੂੰ ਲੋੜ ਨਹੀਂ ਹੈ। ਓਕੇ, ਸੋ ਕ੍ਰੋਪ ਕਰਨ ਤੋਂ ਬਾਅਦ ਜੇ ਤੁਸੀਂ ਇੰਨਾ ਕ੍ਰੋਪ ਕਰਨਾ ਹੈਗਾ, ਸੋ ਯੂ ਹੈਵ ਟੂ ਸਿਲੈਕਟ ਦਿਸ, ਉੱਪਰ ਇੱਕ ਸਹੀ ਰਾਈਟ ਦਾ ਮਾਰਕ ਲੱਗਾ, ਜੇ ਨਹੀਂ ਕਰਨਾ ਤੇ ਕ੍ਰੋਸ ਤੇ ਕਰ ਦਿਓ। ਜੇਕਰ ਤੁਹਾਨੂੰ ਲੱਗਦਾ ਕਿ ਹਾਂ ਠੀਕ ਹੈ ਇੱਦਾਂ ਅਸੀਂ ਰੱਖਣਾ ਹੈਗਾ, ਤੇ ਇੱਥੇ ਕਲਿੱਕ ਕਰੋ, ਸੋ ਕ੍ਰੋਪ ਹੋ ਕੇ ਤੁਹਾਡੇ ਸਾਹਮਣੇ ਆ ਜਾਏਗਾ। ਸੋ ਇਟ ਵਿਲ ਟੇਕ ਸਮ ਟਾਈਮ। ਸੋ ਸਿਮਿਲਰਲੀ ਤੁਸੀਂ ਸਾਰੇ ਹੀ ਪੇਜਸ ਦੀ ਕੁਆਲਿਟੀ ਚੈੱਕ ਕਰਨੀ ਹੈ ਕਿ ਕਿਤੇ ਕੁਆਲਿਟੀ ਦਾ ਫਰਕ ਨਹੀਂ ਹੈਗਾ। ਜੇਕਰ ਕੋਈ ਕਿਸੇ ਥਾਂ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਪੇਜ ਖਰਾਬ ਹੋ ਗਿਆ, ਸਾਡਾ ਕੁਆਲਿਟੀ ਖਰਾਬ ਹੈ, ਅਸੀਂ ਇਹਨੂੰ ਰਿਮੂਵ ਕਰਨਾ ਹੈ, ਤੇ ਤੁਸੀਂ ਉਸ ਪੇਜ ਨੂੰ ਡਿਲੀਟ ਵੀ ਕਰ ਸਕਦੇ ਹੋ। ਉਹਨੂੰ ਇਸ ਪੇਜ ਨੂੰ ਮੰਨ ਲਓ ਅਸੀਂ ਡਿਲੀਟ ਕਰਨਾ ਹੈ, ਤੇ ਯੂ ਕੈਨ ਡਿਲੀਟ ਦੈਟ ਪੇਜ। ਠੀਕ ਹੈ, ਤੁਸੀਂ ਉਸ ਪੇਜ ਨੂੰ ਡਿਲੀਟ ਕਰ ਲਓ। ਸੋ ਹੁਣ ਉਹ ਪੇਜ ਡਿਲੀਟ ਕੀਤਾ, ਇਹਨੂੰ ਦੁਬਾਰਾ ਤੁਸੀਂ ਕਰਨਾ ਹੈਗਾ, ਤੁਹਾਨੂੰ ਚਾਹੀਦਾ ਹੈਗਾ ਕਿ ਅਸੀਂ ਹੁਣ ਐਡ ਵੀ ਕਰਨਾ ਹੈ, ਤੇ ਐਡ ਨਿਊ ਪੇਜ, ਐਡ ਪੇਜ ਤੇ ਕਲਿੱਕ ਕਰੋ ਤੇ ਟੇਕ ਅਨਦਰ ਫੋਟੋ। ਠੀਕ ਹੈ, ਤੁਸੀਂ ਇੱਕ ਹੋਰ ਫੋਟੋ ਐਡ ਕਰੋਗੇ। ਸੋ ਇਹ ਅਸੀਂ ਫੋਟੋ ਨਵੀਂ ਐਡ ਕਰ ਦਿੱਤੀ ਹੈ। ਹੁਣ ਨਵੀਂ ਫੋਟੋ ਐਡ ਕਰਨ ਤੋਂ ਬਾਅਦ ਕੀ ਹੋਏਗਾ ਕਿ ਤੁਸੀਂ ਇਸ ਨੂੰ ਪ੍ਰੋਪਰ ਜਗ੍ਹਾ ਤੇ ਲੈ ਕੇ ਜਾਣਾ, ਇਹ ਅਸੀਂ ਹੁਣ ਕੀਤੀ ਆ। ਸੋ ਯੂ ਹੈਵ ਟੂ ਮੂਵ ਇਟ ਟੂ ਦਾ ਪ੍ਰੋਪਰ ਪਲੇਸ, ਕਿ ਕਿਹੜੀ ਜਗ੍ਹਾ ਤੇ ਸੀ। ਸੋ ਇਸ ਵਾਸਤੇ ਤੁਸੀਂ ਰੀਆਰਡਰ ਤੇ ਕਲਿੱਕ ਕਰੋਗੇ। ਰੀਆਰਡਰ ਦੇ ਵਿੱਚ ਸਾਰੀਆਂ ਤੁਹਾਡੀਆਂ ਤੁਹਾਨੂੰ ਪੇਜਸ ਦਿਖ ਰਹੇ ਨੇ। ਸੋ 21 ਪੇਜ ਨੂੰ ਤੁਸੀਂ ਥੋੜਾ ਪ੍ਰੈਸ ਕਰੋਗੇ ਤੇ ਇਹਦੀ ਬਾਉਂਡਰੀ ਬਣ ਜਾਏਗੀ। ਬਾਉਂਡਰੀ ਤੋਂ ਬਾਅਦ ਇਹ ਮੂਵ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਕਿਸੇ ਵੀ ਜਗ੍ਹਾ ਤੇ ਇਹਨੂੰ ਪ੍ਰੋਪਰ ਜਗ੍ਹਾ ਤੇ ਲਿਜਾ ਕੇ ਮੂਵ ਕਰ ਸਕਦੇ ਹੋ, ਜਿਹੜੀ ਜਗ੍ਹਾ ਤੇ ਪੇਜ ਲੱਗਣਾ ਸੀਗਾ। ਸੋ ਇਸ ਤੋਂ ਬਾਅਦ ਤੁਸੀਂ ਇੱਥੇ ਲੈਫਟ ਹੈਂਡ ਸਾਈਡ ਤੇ ਕ੍ਰੋਸ ਬਟਨ ਹੈ, ਰਾਈਟ ਹੈਂਡ ਸਾਈਡ ਤੇ ਓਕੇ ਬਟਨ ਹੈਗਾ, ਇੱਕ ਟਿਕ ਲੱਗੀ ਹੋਈ ਹੈ। ਸੋ ਟਿਕ ਤੇ ਕਲਿੱਕ ਕਰੋਗੇ, ਸੋ ਇਹ ਤੁਹਾਡੀ ਫਾਈਲ ਜਿਹੜੀ ਆ ਰੈਡੀ ਹੋ ਗਈ ਆ। ਸੋ ਸਾਰੇ ਦੀ ਕੁਆਲਿਟੀ ਚੈੱਕ ਕਰ ਲਓ। ਇਸ ਤੋਂ ਬਾਅਦ ਇਹਦੀ ਨੇਮਿੰਗ, ਨੇਮ ਦੇਣ ਵਾਸਤੇ ਉੱਪਰ ਜਿਹੜੀ ਆਪਸ਼ਨ ਆ ਰਹੀ ਹੈ ਇਹਦੇ ਲਿਖਿਆ ਸਕੈਨ 20 September 2020, ਇਹ ਨੇਮ ਹੈ ਫਾਈਲ ਦਾ, ਤੁਸੀਂ ਇਹਨੂੰ ਚੇਂਜ ਕਰਨਾ ਹੈ। ਸੋ ਇੱਥੇ ਕਲਿੱਕ ਕਰਨਾ ਹੈ, ਸੋ ਇੱਥੇ ਕਲਿੱਕ ਕਰੋਗੇ ਤੇ ਤੁਸੀਂ ਪਹਿਲੇ ਵਾਲਾ ਨਾਮ ਜਿਹੜਾ ਹੈ ਉਹਨੂੰ ਡਿਲੀਟ ਕਰ ਦਿਓ। ਔਰ ਨਵਾਂ ਨਾਮ ਤੁਸੀਂ ਦੇਣਾ ਹੈਗਾ, ਉਹ ਕਿੱਦਾਂ ਦੇਣਾ ਹੈਗਾ ਕਿ ਪਹਿਲਾਂ ਤੁਸੀਂ ਆਪਣਾ ਰੋਲ ਨੰਬਰ ਦੇਣਾ, ਇੱਥੇ ਲਿਖਣਾ ਹੈਗਾ, ਮੰਨ ਲਓ ਰੋਲ ਨੰਬਰ ਤੁਹਾਡਾ ਹੈ 1111111, ਇਹ ਤੁਹਾਡਾ ਰੋਲ ਨੰਬਰ ਹੈ। ਰੋਲ ਨੰਬਰ ਲਿਖਣ ਤੋਂ ਬਾਅਦ ਤੁਹਾਡਾ ਪੇਪਰ ਕੋਡ ਆ, ਅਸੀਂ ਮੰਨ ਲੈਂਦੇ ਹਾਂ ਕਿ ਤੁਹਾਡਾ ਪੇਪਰ ਕੋਡ ਹੈਗਾ ਆ 3333। ਠੀਕ ਹੈ, ਪਹਿਲਾਂ ਰੋਲ ਨੰਬਰ ਆ ਜਾਏਗਾ, ਫਿਰ ਪੇਪਰ ਕੋਡ ਆ ਜਾਏਗਾ, ਔਰ ਇਹਨੂੰ ਤੁਸੀਂ ਓਕੇ ਕਰੋਗੇ ਸੇਵ ਕਰਨ ਵਾਸਤੇ। ਠੀਕ ਹੈ, ਸੋ ਇਹ ਹੁਣ ਫਾਈਲ ਦਾ ਨੇਮ ਬਣ ਗਿਆ 1111133333। ਸੋ ਇਸ ਟਾਈਪ ਇਸ ਵੇ ਦੇ ਨਾਲ ਤੁਸੀਂ ਫਾਈਲ ਦਾ ਨਾਮ ਦੇ ਦੇਣਾ, ਫਿਰ ਕਲਿੱਕ ਕਰੋਗੇ ਸੇਵ PDF। ਸੇਵ PDF ਕਰਨ ਤੋਂ ਬਾਅਦ ਤੁਹਾਡੇ ਕੋਲ ਇਹ ਸਕਰੀਨ ਆ ਜਾਂਦੀ ਹੈਗੀ ਆ, ਔਰ ਇਸ ਸਕਰੀਨ ਦੇ ਵਿੱਚ ਉਹ ਕੀ ਕਰਦਾ, ਅਪਲੋਡਿੰਗ ਟੂ ਕਲਾਊਡ, ਤੁਹਾਡੀ ਫਾਈਲ ਨੂੰ ਕਲਾਊਡ ਤੇ ਆਪਣੇ ਸਿਸਟਮ ਤੇ ਅਪਲੋਡ ਕਰ ਲੈਂਦਾ। ਤੁਸੀਂ ਵੇਟ ਕਰਨ ਦੀ ਲੋੜ ਨਹੀਂ, ਤੁਸੀਂ ਸ਼ੇਅਰ ਤੇ ਕਲਿੱਕ ਕਰੋ। ਸ਼ੇਅਰ ਤੇ ਕਲਿੱਕ ਕਰੋਗੇ ਤੇ ਪਹਿਲੇ ਵਾਲਾ ਆਪਸ਼ਨ ਸ਼ੇਅਰ ਲਿੰਕ ਨੂੰ ਯੂਜ਼ ਨਹੀਂ ਕਰਨਾ, ਈਮੇਲ ਨੂੰ ਯੂਜ਼ ਨਹੀਂ ਕਰਨਾ, ਪਹਿਲੇ ਦੋਨੇ ਲਿੰਕ ਹੀ ਨਹੀਂ ਯੂਜ਼ ਕਰਨੇ। ਸੋ ਥਰਡ ਵਾਲਾ ਲਿੰਕ ਜਿਹੜਾ ਸ਼ੇਅਰ ਆ ਕਾਪੀ ਯੂਜ਼ ਕਰਨਾ ਹੈ। ਸੋ ਇਸ ਤੇ ਕਲਿੱਕ ਕਰੋਗੇ ਤੁਸੀਂ ਸ਼ੇਅਰ ਇਹ ਕਾਪੀ, ਔਰ ਇਸ ਤੋਂ ਬਾਅਦ ਤੁਹਾਨੂੰ ਅਲੱਗ ਅਲੱਗ ਤੁਹਾਡੇ ਕੋਲ ਤੁਹਾਡੇ ਸਿਸਟਮ ਦੇ ਵਿੱਚ ਤੁਹਾਡੇ ਮੋਬਾਈਲ ਦੇ ਵਿੱਚ ਜੋ ਵੀ ਆਪਸ਼ਨਸ ਅਵੇਲੇਬਲ ਹੈਗੀਆਂ ਨੇ, ਕਿ ਤੁਸੀਂ ਵਟਸਐਪ ਕਰਨਾ ਹੈ, ਸ਼ੇਅਰ ਮੀ ਤੇ ਕਰਨਾ ਹੈ, WPS ਆਫਿਸ ਲੈ ਕੇ ਜਾਣਾ ਹੈ, ਜਾਂ ਜੀਮੇਲ ਕਰਨਾ ਹੈ। ਸੋ ਅਸੀਂ ਜੀਮੇਲ ਤੇ ਕਲਿੱਕ ਕਰ ਦਾਂਗੇ। ਸੋ ਜਸਟ ਕਲਿੱਕ ਔਨ ਦਾ ਜੀਮੇਲ, ਤੁਹਾਡੇ ਕੋਲ ਤੁਹਾਡੀ ਅਟੈਚਮੈਂਟ ਹੋ ਕੇ ਫਾਈਲ ਆ ਜਾਂਦੀ ਹੈਗੀ ਆ, ਔਰ ਫਰੋਮ ਕਿੱਥੋਂ ਜਾ ਰਹੀ ਹੈ, ਤੁਹਾਡਾ ਆਪਣਾ ਈਮੇਲ ਐਡਰੈਸ ਆ ਜਾਂਦਾ, ਟੂ ਕਿਹਨੂੰ ਭੇਜਣੀ ਹੈਗੀ ਆ। ਠੀਕ ਹੈ, ਸੋ ਜਿਸ ਜਿੱਦਾਂ ਤੁਸੀਂ ਜਿਹੜੀ ਹੈਗੀ ਆ ਅਲੱਗ ਅਲੱਗ ਜਿੱਥੋਂ ਤੁਹਾਨੂੰ ਮੇਲ ਆਏਗੀ ਤੁਸੀਂ ਉੱਥੇ ਵਾਪਸ ਕਰਨੀ ਹੈਗੀ ਆ। ਸੋ ਸਾਡੀਆਂ ਮੇਲਸ ਇਸ ਤਰ੍ਹਾਂ ਦੀਆਂ ਹੈਗੀਆਂ ਨੇ, ਐਗਜ਼ਾਮ, ਠੀਕ ਹੈ, ਡੋਟ ਕੰਪਿਊਟਰ, ਐਗਜ਼ਾਮ ਡੋਟ ਕੰਪਿਊਟਰ ਡਿਪਾਰਟਮੈਂਟ ਡੋਟ BSSKC। ਠੀਕ ਹੈ, ਸੋ ਤੁਸੀਂ ਉਹ ਟਾਈਪ ਕਰ ਦੇਣਾ ਐਗਜ਼ਾਮ, ਮੈਂ ਦੁਬਾਰਾ ਟਾਈਪ ਕਰ ਦੇਣਾ ਐਗਜ਼ਾਮ ਡੋਟ ਕੰਪਿਊਟਰ
department dot bss kc at gmail dot so इस टाइप के नाल तुसी जड़ा हैगा पूरा ईमेल एड्रेस टाइप कर देना है और ईमेल एड्रेस टाइप करने तो बाद तुसी ताड़ी कोल मेल रेडी हैगी है कंपोज मेल दे विच आके जिहड़ी ताड़ी कोल कंपोज कीती हुई है उहदे विच तुसी इह वी लिखना हैगा नंबर ऑफ पेजेस फिल्ड नंबर ऑफ पेजेस फिल्ड किन्ने तुसी जिन्ने भी पेज फिल किए है गया सो असी जिहड़े आ 20 पेजेस फिल किए है सो तुसी 20 लिख देना ठीक है किन्ने पेज तुसी भरे हुए है जेकर तुसी 10 किए हुए ते तुसी 10 लिख देना है जेकर 5 है ते 5 लिख देना सो इट डिपेंडिंग अपॉन कि तुसी किन्ने पेज फिल किए हुए है ठीक है सो ए करन तो बाद ताडे कोल रेडी होगी फ्रॉम टू मेल किन्नू भेजनी ओ भी हैगा ठीक है ਜਿਹੜਾ ਫਾਈਲ ਦਾ ਨਾਮ ਪੀਡੀਐਫ ਦਾ ਨਾਮ ਹੋ ਗਿਆ ਨੰਬਰ ਆਫ ਪੇਜਸ ਫਿਲਡ ਹੋ ਗਏ ਇਸ ਦੇ ਨਾਲ ਨੰਬਰ ਆਫ ਪੇਜਸ ਫਿਲਡ ਦੇ ਨਾਲ ਤੁਸੀਂ ਆਪਣਾ ਨਾਮ ਵੀ ਦੇ ਦਿਓ ਠੀਕ ਹੈ ਜੋ ਵੀ ABC ਨਾਮ ਹੋ ਗਿਆ ਔਰ ਤੁਸੀਂ ਇਸ ਦੇ ਨਾਲ ਜਿਹੜਾ ਹੈ ਤੁਸੀਂ ਕਲਾਸ ਆਪਣੀ ਸਾਡੀ ਕਲਾਸ ਕਿਹੜੀ ਹੈ ਤੁਸੀਂ ਉਹ ਵੀ ਲਿਖ ਸਕਦੇ ਹੋ ਠੀਕ ਹੈ ਸੋ ਇੱਕ ਦੋ ਤਿੰਨ ਇਨਫੋਰਮੇਸ਼ਨ ਇਸ ਟਾਈਪ ਨੇ ਆਪਣੀ ਦੇ ਦਿਓ ਤਾਂ ਕਿ ਸਾਨੂੰ ਤੁਹਾਡਾ ਪਤਾ ਲੱਗ ਜਾਏ ਨੰਬਰ ਆਫ ਪੇਜ ਕਿੰਨੇ ਭੇਜੇ ਆ ਨਾਮ ਕੀ ਹੈ ਅਤੇ ਕਲਾਸ ਕਿਹੜੀ ਹੈ ਇਸ ਤੋਂ ਬਾਅਦ ਜਸਟ ਤੁਸੀਂ ਇਹ ਮੇਲ ਸੈਂਡ ਕਰ ਦੇਣੀ ਆ ਜਿਹੜੀ ਕਿ ਸਾਡੇ ਸਿਸਟਮ ਦੇ ਵਿੱਚ ਪਹੁੰਚੇਗੀ ਸੋ ਇਹ ਸੀਗਾ ਜਿਹੜਾ ਤੁਸੀਂ ਅਡੋਬ ਸਕੈਨਰ ਦੇ ਨਾਲ ਕਿੱਦਾਂ ਤੁਸੀਂ ਸਕੈਨ ਕਰਨਾ ਹੈ ਸੋ ਆਲ ਦੀ ਬੈਸਟ ਫੋਰ ਯੂਰ ਐਗਜ਼ਾਮੀਨੇਸ਼ਨ